ਇਸੇ ਤਰ੍ਹਾਂ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ। ਸਤਿ ਸ਼੍ਰੀ ਅਕਾਲ ਸਰਾਂ ਸਾਹਿਬ ਜੀ ਅਨੂ ਜੀ ਨਿੱਕਾ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਅਨੂ। ਅੱਜ ਫਰਾਈਡੇ ਆ, ਫਿਰ ਫਰਾਈਡੇ ਦੋ ਕੁ ਦਿਨ ਫਿਰ ਇਹ ਚਿੰਤਾ ਹੋ ਜਾਂਦੀ ਵੀ ਦੋ ਦਿਨ ਹੁਣ ਪ੍ਰੋਗਰਾਮ ਨਹੀਂ ਚੱਲਣਾ, ਹੁਣ ਫਿਰ ਮੰਡੇ ਤੇ ਜਾ ਵੜਦੇ। ਨਹੀਂ ਆਪਾਂ ਸੋਮਵਾਰ, ਹੋ ਸਕਦਾ ਕਿ ਮਹਿਫਲ ਮਿੱਤਰਾਂ ਦੀ ਵਾਪਸੀ ਜਿਹੜੀ ਹੋ ਸਕਦੀ ਆ, ਬਾਕੀ ਐਤਵਾਰ ਅਤੇ ਸੋਮਵਾਰ ਤਾਂ ਜ਼ਰੂਰ ਹੋਵੇਗਾ ਹੀ ਹੋਵੇਗਾ। ਬਾਕੀ ਅਪਡੇਟ ਜ਼ਰੂਰ ਫੇਸਬੁੱਕ 'ਤੇ ਵੀ ਪਾ ਦਾਂਗੇ ਜੀ। ਅਤੇ ਬਾਕੀ ਤੁਹਾਨੂੰ ਮਤਾ ਜਿਹੜਾ ਅੰਟਾਰੀਓ ਪਾਇਆ ਉਹ ਭੇਜ ਹੀ ਦਿੱਤਾ। ਹਾਂਜੀ, ਉਹਦੇ 'ਤੇ ਬਾਈ ਜੀ ਬੋਲਣ ਦੀ ਲੋੜ ਤਾਂ ਸੀਗੀ ਜੀ, ਕਿਉਂਕਿ ਆਪਣੀ ਸੋਸਾਇਟੀ 'ਚ ਇੰਨਾ ਓਪਨਲੀ ਇਸ ਤਰ੍ਹਾਂ ਗਲਤ ਸਿਰਫ ਜੀ ਕੁਛ ਵਿਊ ਲਈ ਜਾਂ ਪਾਪੂਲੈਰਿਟੀ ਲਈ ਬਹੁਤ ਕੁਛ ਗਲਤ ਉਹ ਪਰੋਸ ਰਿਹਾ ਸੀਗਾ, ਤੇ ਉਹ ਤਾਂ ਚੱਲ ਜਿਹੜਾ ਕਰ ਰਿਹਾ ਕਰ ਰਿਹਾ, ਤੇ ਜਿਹੜੇ ਉਹਨੂੰ ਸੁਣ ਰਹੇ ਆ ਉਹ ਮੈਂ ਹੈਰਾਨ ਆ ਵੀ ਜਾਂ ਉੱਥੇ ਕਮੈਂਟ ਕਰ ਰਹੇ ਥੱਲੇ ਵੀ ਲੋਕਾਂ ਦੇ ਦਿਮਾਗਾਂ ਨੂੰ ਹੋਇਆ ਕੀ ਪਿਆ ਜੀ, ਤੇ ਵੀ ਸਮਝੋ ਬਾਰਾ ਚੰਗਾ ਕੋਈ ਸੁਣਨਾ ਹੀ ਨਹੀਂ ਚਾਹੁੰਦਾ, ਚੰਗਿਆਂ ਦੇ ਵਿਊ 50-60-70 ਉਹਨਾਂ ਦੇ 5-5 10-10 ਹਜ਼ਾਰ ਵਿਊ ਦੱਸੋ। ਬਿਲਕੁਲ ਜੀ, ਲੱਖਾਂ 'ਚ ਜਾਂਦੇ ਆ, ਨਾਲੇ ਉਹ ਤਾਂ ਕਹਿ ਲਓ ਕਿ ਸਕ੍ਰਿਪਟ ਪ੍ਰੋਗਰਾਮ ਹੁੰਦੇ ਨੇ ਜੀ, ਜਿਹੜੇ ਚਲੋ ਤੁਸੀਂ ਸਮਝਦੇ ਹੋ ਜਾਂ ਹੋਰ ਸਾਰੇ ਜਿੰਨੇ ਟੈਕਨੀਕਲ ਜਾਂ ਕਹਿ ਲਓ ਕਿ ਇਹਨਾਂ ਜ਼ਿਆਦਾਤਰ ਰੇਡੀਓਜ਼ ਦੇ ਨਾਲ ਜੁੜੇ ਨੇ, ਆਪ ਹੀ ਕਾਲ ਕਰਾ ਲੈਣੇ, ਆਪ ਹੀ ਸਕ੍ਰਿਪਟ ਲਿਖ ਦੇਣੀ, 2-4 ਬੰਦੇ ਟੀਮ ਬਣਾ ਕੇ ਉਹ ਸਾਰਾ ਕੁਝ ਪੇਸ਼ ਕਰੀ ਜਾਂਦੇ ਨੇ ਜੀ। ਭੁਪਿੰਦਰ ਜੀ, ਇਹ ਵੀ ਨਾ ਜਿਹੜਾ ਪਤਾ ਬੰਦਾ ਵੀ ਨਹੀਂ ਮੂਹਰੇ ਕੁਛ ਕਰ ਸਕਦਾ, ਸਿਰਫ ਉਹੋ ਜਿਹੇ ਬੰਦੇ ਲੈ ਕੇ ਆਉਂਦਾ ਜੀ। ਪਿੱਛੇ ਜੇ ਲੁਧਿਆਣੇ ਦੇ ਇੱਕ ਬੰਦੇ ਨਾਲ ਇਹਨਾਂ ਦਾ ਪਿਆ ਸੀ ਰੌਲਾ, ਉਹਨਾਂ ਨੇ ਫਿਰ ਕੋਰਟ 'ਚ ਖਿੱਚਿਆ ਤੇ ਉਹਨਾਂ ਨੇ ਸਾਰੇ ਪ੍ਰੋਗਰਾਮ ਇਹਨੂੰ ਡਿਲੀਟ ਕਰਨੇ ਪਏ ਜੀ। ਬਿਲਕੁਲ ਜੀ ਬਿਲਕੁਲ, ਤੇ ਤੁਸੀਂ ਇਹ ਦੇਖੋ ਵੀ ਕਿੰਨੀਆਂ ਇਹਦੀਆਂ ਵੀਡੀਓ ਵਾਇਰਲ ਆ, ਜਿਹੜਾ ਸਕ੍ਰਿਪਟਡ ਆ ਕਿਸੇ ਨੂੰ ਕੁਛ ਕਹਿ ਰਿਹਾ ਵੀ ਤੂੰ ਆਹ ਕਹਿ ਰਿਹਾ ਜਾਂ ਕਿਸੇ ਦੀ ਗੱਲ ਟਕਾਉਣੀ ਆ, ਤੁਸੀਂ ਇੱਕ ਸੋਸ਼ਲ ਮੀਡੀਆ ਤੇ ਬਹਿ ਕੇ ਵੀ ਕੀ ਤੁਸੀਂ ਗੰਦ ਪਰੋਸ ਰਹੇ ਆ ਜੀ। ਮੈਂ ਤਾਂ ਕਹਿੰਦਾ ਵੀ ਟੋਰਾਂਟੋ ਦੇ ਲੋਕਾਂ ਨੇ ਚੰਗਾ ਕੀਤਾ ਵੀ ਇਹਨੂੰ ਬੈਨ ਕੀਤਾ, ਇਹੋ ਜਿਹੇ ਦਾ ਤਾਂ ਸਮਾਜਿਕ ਬਾਈਕਾਟ। ਵੈਸੇ ਤਾਂ ਚਲੋ ਇਹ ਕਹਿੰਦੇ ਆਪਾਂ ਕਹਿੰਦੇ ਨੇ ਵੀ ਨਹੀਂ ਯਾਰ ਐਂ ਵੀ ਜਿਵੇਂ ਕਹਿੰਦੇ ਨੇ ਇਹੋ ਜਿਹੇ ਦਾ ਭਾਂਡਾ ਤੇ ਅੱਗੇ ਚੰਗਾ ਵਾ ਜੀ, ਵੀ ਤੁਸੀਂ ਇਹ ਕਰ ਕੀ ਰਹੇ ਆ ਤੁਸੀਂ। ਬਿਲਕੁਲ, ਆਪਾਂ ਨੂੰ ਤਾਂ ਖੁਸ਼ੀ ਹੋਈ ਵੀ ਭਾਈ ਉੱਥੋਂ ਲੋਕਾਂ ਨੇ ਇਹਦਾ ਬਾਈਕਾਟ ਕੀਤਾ ਵੀ ਇਹਨੂੰ ਭਾਈ ਕਿਸੇ ਧਾਰਮਿਕ ਸਟੇਜ ਤੇ ਜਾਂ ਸੋਸ਼ਲ ਉਹੋ ਜਿਹੀ ਥਾਂ ਤੇ ਬੋਲਣ ਨਹੀਂ ਦਿੱਤਾ ਜਾਊਗਾ ਜੀ। ਬਿਲਕੁਲ ਜੀ, ਨਹੀਂ ਇੱਦਾਂ ਦੀਆਂ ਚੀਜ਼ਾਂ ਜਿਹੜਾ ਮੀਡੀਆ ਦੇ ਵਿੱਚ ਗਲਤ ਚੀਜ਼ਾਂ ਨੇ, ਚਲੋ ਇੱਕ ਪੱਤਰਕਾਰੀ ਜਾਂ ਹੋਰ ਸਾਰੀਆਂ ਰੰਗਮੰਚ ਵੀ ਹੋਣਾ ਚਾਹੀਦਾ, ਹੋਰ ਸਾਰੀਆਂ ਚੀਜ਼ਾਂ, ਪਰ ਬਹੁਤ ਸਾਰੀ ਐਸੀ ਚਲੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਘਰਾਂ ਦੇ ਪੜਦੇ ਜਿਹੜੇ ਘਰਾਂ ਦੇ ਵਿੱਚ ਰਹਿ ਜਾਂਦੇ, ਲੋਕਾਂ ਦੀ ਵੀ ਮਾਨਸਿਕਤਾ ਪਤਾ ਨਹੀਂ ਸਰਾਂ ਸਾਹਿਬ ਕਿੱਧਰ ਨੂੰ ਨਜ਼ਰ ਆਉਂਦੀ ਹੈ, ਜਿਹੜੇ ਉਹ ਗੱਲ ਕਰ ਸਕਦੇ ਹਾਂ ਕਿ ਜਿਹੜੀਆਂ ਕੋਰਟ ਕਚਹਿਰੀਆਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਜਾਂ ਸਰਪੰਚਾਂ ਦੇ ਨਾਲ ਜਿਹੜੇ ਮਸਲੇ ਹੱਲ ਹੋ ਸਕਦੇ ਸਨ ਕੀਤੇ ਜਾਂਦੇ ਸਨ, ਲੋਕ ਆਪਣੀ ਮਿੱਟੀ ਆਪ ਹੀ ਪਟਵਾਉਣ ਦੇ ਲਈ ਸੋਸ਼ਲ ਮੀਡੀਆ ਜਾਂ ਇਹੋ ਜਿਹੇ ਮੀਡੀਆ ਨੂੰ ਜਿਹੜੀ ਪਹਿਲ ਦਿੰਦੇ ਨੇ, ਉਹਨਾਂ ਨੇ ਨਾ ਤਾਂ ਕੁਝ ਕਰਨਾ ਹੈ। ਕੁਝ ਲੋਕ ਇੱਦਾਂ ਆ ਕਿ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਦੇ ਨੇ ਕਿਉਂਕਿ ਉਹਨਾਂ ਦੀ ਆਪਣੀ TRP ਵੱਧਦੀ ਹੈ, ਪੋਸਟਾਂ ਵੱਧਦੀਆਂ ਨੇ, ਸ਼ੇਅਰ ਹੁੰਦੇ ਨੇ, ਪੈਸਾ ਕਮਾਉਂਦੇ ਨੇ ਇਹਨਾਂ ਚੀਜ਼ਾਂ ਤੋਂ ਵੀ, ਤਾਂ ਉਹਨਾਂ ਨੂੰ ਲੱਗਦਾ ਕਿ ਕਿਤੇ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਕਿਤੇ ਯੂਰਪੀ ਮੁਲਕਾਂ ਦੇ ਵਿੱਚ ਜਿਹੜੇ ਚੱਲਦੇ ਨੇ ਜਾਂ ਕੰਮ ਕਰਦੇ ਨੇ ਜਾਂ ਰਹਿੰਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀ ਸਹਾਇਤਾ ਕਰ ਸਕਦੇ ਨੇ, ਉਹ ਜ਼ਿਆਦਾ ਇਮੋਸ਼ਨਲੀ ਕਹਿ ਲਓ ਕਿ ਇਹ ਚੀਜ਼ ਨੂੰ ਸੋਚ ਲੈਂਦੇ ਨੇ ਕਿ ਪਰ ਉਹਨਾਂ ਨੇ ਤਾਂ ਆਪਣਾ ਜਿਹੜਾ ਫਾਇਦਾ ਖੱਟਣਾ ਹੁੰਦਾ ਹੈ, ਉਹਨਾਂ ਨੂੰ ਵਰਤ ਕੇ ਸਿੱਟਣਾ ਹੁੰਦਾ ਹੈ ਯੂਜ਼ ਕਰਕੇ, ਤਾਂ ਕੌਣ ਕਿ ਇਹਨੂੰ ਪੁੱਛਦਾ ਹੈ। ਜਿਹੜੀਆਂ ਇੱਥੇ ਹੁਣ ਕੋਈ ਇੰਟਰਫੇਅਰ ਹੀ ਨਹੀਂ, ਪੁਲਿਸ ਆਪਣੀ ਕੋਈ ਸਿਆਸਤ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰ ਸਕਦੀ ਜਾਂ ਕੁਛ ਨਹੀਂ ਕਰ ਸਕਦੀ ਜਾਂ ਸਿਆਸਤਦਾਨ ਉਹਦੇ ਵਿੱਚ ਨਹੀਂ ਇੰਟਰਫੇਅਰ ਕਰ ਸਕਦੇ, ਅਤੇ ਲੋਕ ਜਿਵੇਂ ਕਿ ਹੁਣ ਚਿੱਠੀਆਂ ਲਿਖਾ ਲਿਖਾ ਕੇ ਵੀ ਕਿ ਅਸੀਂ MLA ਤੋਂ ਜਾਂ ਲੋਕਲ ਜਿਹੜੇ ਕੈਨੇਡੀਅਨ MP ਤੋਂ ਜਿਹੜਾ ਚਿੱਠੀ ਲੈਟਰ ਲਿਖਵਾਈ ਉਹਦੀ ਕੋਈ ਅਹਿਮੀਅਤ ਨਹੀਂ, ਲੋਕ ਅਜੇ ਤੱਕ ਇਹ ਚੀਜ਼ਾਂ ਨਹੀਂ ਸਮਝ ਪਾਏ ਨੇ ਵੀ ਉਹ ਉਹਦੇ ਨਾਲੋਂ ਵੱਧ ਅਹਿਮੀਅਤ ਤੁਹਾਡੀ ਆਪਣੀ ਜਿਹੜੀ ਹੈ ਲੈਟਰ ਦੀ ਹੈ, ਤੁਸੀਂ ਲਿਖ ਕੇ ਦਿੰਦੇ ਹੋ, ਸਪੋਂਸਰਸ਼ਿਪ ਪਾਉਂਦੇ ਹੋ, ਤੁਹਾਡੀ ਜ਼ਿਆਦਾ ਅਹਿਮੀਅਤ ਆ ਸਮਾਂ ਕਿ ਉਹ MPਾਂ ਦੇ ਨਾਲੋਂ ਕਿ ਤੁਸੀਂ ਉਹਦਾ ਖਰਚਾ ਚੱਕਦੇ ਹੋ, ਸਾਰਾ ਡਾਕੂਮੈਂਟ ਜਿਹੜਾ ਕਰਦੇ ਹੋ, ਪਰ ਕਿਤੇ ਨਾ ਕਿਤੇ ਸਾਡੇ ਲੋਕ ਕਹਿੰਦੇ ਨੇ ਕਿ ਉਹ ਹੀ ਸ਼ੋਸ਼ੇਬਾਜ਼ੀ ਉਹਦੇ ਵਿੱਚ ਜਾਂ ਵਿੱਚ ਵਿਚੋਲਾ ਪਾਉਣਾ ਹੀ ਪਾਉਣਾ, ਅਤੇ ਉਹ ਸਾਰੀਆਂ ਚੀਜ਼ਾਂ ਆਪ ਹੀ ਆਪਣੇ ਆਪ ਨੂੰ ਲੁਟਾ ਰਹੇ ਨੇ, ਇਹ ਵੀ ਇੱਕ ਗੰਭੀਰ ਜਿਹੜੀਆਂ ਚੀਜ਼ਾਂ ਨੇ ਜੀ। ਮੈਂ ਤਾਂ ਇਹ ਕਹਿੰਦਾ ਨਾ ਇਹਦਾ ਆਪਦਾ ਘਰ ਬਾਰ ਤਾਂ ਕੋਈ ਹੈ ਨੀ ਗਾ, ਘਰ ਬਾਰ ਆਪਦਾ ਵੀ ਇਹਦਾ ਸਾਰਾ ਆਸੇ ਪਾਸੇ ਕਹਿ ਲਓ ਜ਼ਿਲ੍ਹਾ ਟੈਕਸ ਮਾਫ ਆ, ਇੰਡੀਆ ਜਾਂਦਾ ਤਾਂ ਇਹਨੂੰ ਗਨਮੈਨ ਮਿਲਦੇ, ਗਨਮੈਨ ਵੀ 6-6 ਫੁੱਟੇ ਭਾਲਦਾ, ਜੁਰਮਾਨੇ ਵੀ ਇਹ ਵੀ ਨੀ ਮਾੜੇ ਭਾਲਦਾ। ਬਿਲਕੁਲ ਜੀ, ਬਕਾਇਦਾ ਜਿਪਸੀਆਂ ਜਾਂਦੀਆਂ ਨੇ, ਪਾਇਲਟ ਜਿਪਸੀਆਂ ਆਉਂਦੀਆਂ ਨੇ, ਬਿਲਕੁਲ ਜੀ ਸਵਾਗਤ ਹੁੰਦੇ ਨੇ, VIP ਟ੍ਰੀਟਮੈਂਟ ਮਿਲਦਾ। ਯਾਨੀ ਸੋਸ਼ਲ ਮੀਡੀਆ ਦਾ ਇੱਥੋਂ ਤੱਕ ਮਿਆਰ ਡਿੱਗ ਪਿਆ, ਪਿਛਲੇ ਦਿਨੀ ਪੰਜਾਬ ਦਾ ਇੱਕ ਪੱਤਰਕਾਰ ਉਹਨੇ ਫੇਕ ਸਾਰੀ ਪੰਚਾਇਤ ਕਢਾ ਕੇ ਜੀ ਲੋਕਾਂ 'ਚ ਇਹ ਸ਼ੋਅ ਕੀਤਾ, ਦੇਖੋ ਜੀ ਕੁੜੀ ਕੈਨੇਡਾ ਤੋਂ ਆਈ, ਇਹਦੇ ਸਹੁਰਿਆਂ ਨੇ ਪਾਸਪੋਰਟ ਨਾਪ ਲਿਆ ਜੀ, ਸਿਰਫ ਉਹ ਸਕ੍ਰਿਪਟਡ ਸੀ,
ਤੇ ਉਹ ਬਸ ਵਿਊ ਵਾਸਤੇ ਉਹਦਾ ਦੋ ਦੋ ਪੰਜ ਪੰਜ ਲੱਖ ਵਿਊ ਥੱਲੇ, ਕੋਈ ਵਾਹਿਗੁਰੂ ਲਿਖ ਰਿਹਾ, ਕੋਈ ਕਹਿ ਰਿਹਾ ਵੀ ਪੁੱਤ ਐਂ ਬਹੁਤ ਮਾੜਾ ਫਲਾਨਾ, ਐਂ ਉਹ ਨਹੀਂ ਪਤਾ ਵੀ ਉਹ ਸਿਰਫ ਵਿਊ ਲਈ ਫੇਕ ਬਣਾ ਵਿਊ ਕੇ ਲਈ ਫੇਕ ਤੁਹਾਨੂੰ ਬਣਾ ਰਹੇ ਨੇ। ਬਿਲਕੁਲ ਜੀ, ਸਮਝੋ ਬਾਹਰ ਆ ਵੀ ਲੋਕੀ ਸੋਸ਼ਲ ਮੀਡੀਆ ਤੇ ਇੰਨਾ ਯਕੀਨ ਕਾਹਤੋਂ ਕਰ ਰਹੇ, ਜੀ ਜਾਣੀ ਮੈਂ ਤਾਂ ਇਹਨੂੰ ਨਵਾਂ ਨਾਂ ਹੀ ਕਹਿੰਦਾ, ਇਹਨੂੰ ਸੋਸ਼ਲ ਮੀਡੀਆ ਹੀ ਕਹਿ ਦਿਆ ਕਰੀਏ ਹੁਣ ਤਾਂ। ਬਿਲਕੁਲ ਜੀ, ਬਿਲਕੁਲ ਲੋਕਾਂ ਦੇ ਸ਼ੋਸ਼ਣ ਹੋ ਰਿਹਾ ਵਾ। ਜੀ ਬਿਲਕੁਲ ਜੀ, ਇਹ ਤਾਂ ਕਹਿ ਲਓ ਕਿ ਆਪਣੀਆਂ ਜੜ੍ਹਾਂ ਜਾਂ ਆਪਣੀ ਕਮਿਊਨਿਟੀ ਦੀ, ਚਲੋ ਜਿਹੜੀ ਚੀਜ਼ ਮਾੜੀਆਂ, ਹੁਣ ਦੇਖੋ 117 ਜਾਂ 119 ਲੋਕ ਜਿਹੜੇ ਫੜ ਹੋਏ ਨੇ, ਕਿੰਨੀ ਕੁ ਗੱਲ ਮੀਡੀਆ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਹੀ ਚੱਲੇ ਹੋਏਗੀ ਜਾਂ ਕਿੰਨੀ ਕੁ ਕੀਤੀ ਹੋਊਗੀ ਮੀਡੀਆ ਨੇ, ਉਹ ਫਰਜ਼ ਬਣਦੇ ਨੇ ਇਹਨਾਂ ਦੇ। ਅਸਲ ਜਿਹੜਾ ਗੱਲਬਾਤ ਜਾਂ ਡਿਸਕਸ਼ਨਾਂ ਕਰ ਰਹੀਆਂ, ਕਿਉਂ ਸਾਡੀ ਕਮਿਊਨਿਟੀ ਦੇ ਵੱਲ ਇਹ ਨਿਘਾਰ ਵੱਲ ਨੂੰ ਜਾ ਰਹੀ ਹੈ, ਕਿਉਂ ਇਹਨਾਂ ਵੱਲ ਨੂੰ ਚੀਜ਼ਾਂ ਨੂੰ ਜਾ ਰਹੀ ਹੈ, ਉਹਨਾਂ ਦੇ ਉੱਤੇ ਡਿਬੇਟਾਂ ਹੋਣ ਪੇਰੈਂਟਸ ਦੇ ਨਾਲ, ਬਕਾਇਦਾ ਟੀਵੀ ਨੈਸ਼ਨਲ ਟੀਵੀ ਦੇ ਉੱਤੇ ਜਿਹੜਾ ਪੰਜਾਬੀ ਨੇ ਉਹਨਾਂ ਦੇ ਵਿੱਚ ਗੱਲਾਂ ਹੋਣ। ਪਰ ਮੁੱਦੇ ਉਹ ਇੱਥੇ ਦੇ ਲੋਕਲ ਨਹੀਂ ਨਾ ਚੱਕਣੇ, ਉਹ ਪੰਜਾਬ ਦੇ ਵਿੱਚ ਨਸ਼ਾ ਜੀ, ਉਹਨੇ ਉਹਨੂੰ ਕੁੱਟ ਦਿੱਤਾ ਜੀ, ਮਾਰ ਦਿੱਤਾ ਜੀ, ਚੱਕ ਲਿਆ ਜੀ, ਧਰਮ ਦੀ ਰਾਜਨੀਤੀ, ਉਹ 'ਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਲੱਸੀ ਬਣਾਈ ਜਾਓ, ਕਰੀ ਜਾਓ, ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ। ਭੁਪਿੰਦਰ ਜੀ, ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਵੀ ਆਪਾਂ ਪੰਜਾਬ ਦੀ ਚਿੰਤਾ ਬਹੁਤ ਕਰਦੇ ਹਾਂ ਜਾਂ ਹੋਰ ਆ, ਜਿਹੜਾ ਇੱਧਰ ਦੂਜਾ ਪੰਜਾਬ ਆਪਾਂ ਕੈਨੇਡਾ 'ਚ ਬਣਾਇਆ, ਮਾਪਿਆਂ ਨੂੰ ਇੱਧਰ ਵੀ ਧਿਆਨ ਦਿਓ ਜਾਂ ਆਪਦੇ ਰਿਸ਼ਤੇਦਾਰਾਂ ਨੂੰ, ਬਈ ਇੱਧਰ ਕੀ ਹੋ ਰਿਹਾ। ਹੁਣ 117 119 ਜੇ ਮਿਲਦਾ ਤਾਂ 60-65 ਆਪਣੇ ਬੱਚੇ ਆ। ਬਿਲਕੁਲ ਜੀ, ਪੰਜਾਬੀ ਬਹੁਤ ਵੱਡੀ ਤਾਦਾਦ ਦੇ ਵਿੱਚ ਆ। ਬਿਲਕੁਲ ਜੀ, ਕਈ ਵਾਰ ਲਿਖਦਿਆਂ ਨੂੰ ਸ਼ਰਮ ਆਉਂਦੀ ਹੈ, ਇੱਕ ਦਾ ਤਾਂ ਨਾਂ ਹੈ ਘਰਦਿਆਂ ਨੇ ਕਿੰਨਾ ਸੋਹਣਾ ਰੱਖਿਆ ਸੀ, ਇਨਕਲਾਬ ਸਿੰਘ, ਇਨਕਲਾਬ ਵਿੱਚ ਦੱਸੋ ਇਹਦੇ 'ਚ ਹੁਣ ਫਸੇ। ਕੱਲ੍ਹ ਬਰਾੜ ਸਾਹਿਬ ਵੀ ਜ਼ਿਕਰ ਕਰਕੇ ਗਏ, ਉਹਦਾ ਵੀ ਕਿੰਨਾ ਵਧੀਆ ਨਾਂ ਸੀਗਾ, ਪਰ ਨਾਵਾਂ ਨੂੰ ਕੀ ਕਰੀਏ ਜਦ ਕਰਦਾਰ ਨਹੀਂ ਸਾਡੇ 'ਚ ਰਹੇ। ਪਿਛਲੇ 10 ਦਿਨਾਂ 'ਚ ਭੁਪਿੰਦਰ ਜੀ ਉੱਥੇ, ਚਲੋ ਇੱਥੇ ਵੈਨਕੂਵਰ 'ਚ ਵੀ ਘਟਨਾਵਾਂ ਹੁੰਦੀਆਂ, ਟੋਰਾਂਟੋ 'ਚ ਥੋੜ੍ਹਾ ਜ਼ਿਆਦਾ ਕਿਉਂਕਿ ਉੱਥੇ ਕਾਲਜ ਵਗੈਰਾ ਜ਼ਿਆਦਾ, ਜਾਣੀ ਇੱਕ ਦੋਵਾਂ 'ਤੇ ਤਾਂ ਇਹ ਚਾਰਜ ਲੱਗੇ ਆ ਇਰਾਦਾ ਕਤਲ ਦੇ। ਜੀ, 22 ਸਾਲਾਂ ਦਾ ਨੌਜਵਾਨ ਸੀ ਅਭਿਸ਼ੇਕ ਤੇ ਹਰਮਨਦੀਪ, ਉਹਨਾਂ ਦੇ ਚਾਰਜ ਲੱਗੇ ਆ ਵੀ ਕਿਸੇ ਦੇ ਘਰੇ ਜਾਂਦੇ ਵੜ ਕੇ ਕੁੱਟਮਾਰ। ਇਹਦੇ ਨਾਲ ਹੀ ਇੱਕ ਹੋਰ 3 ਨਾਂ ਸੀਗੇ, ਇੱਕ ਉਹਨਾਂ ਦੇ ਵਿੱਚ ਲੜਕੀ ਮਹਿਕਪ੍ਰੀਤ ਕੌਰ, ਜਿਨ੍ਹਾਂ ਨੂੰ ਹੈਰੋਨ ਦੇ ਮਾਮਲੇ ਦੇ ਵਿੱਚ ਫੜਿਆ ਹੋਇਆ। ਇਹ ਨਹੀਂ ਗਾ ਵੀ ਉਹਨਾਂ 'ਤੇ ਅਜੇ ਚਾਰਜ ਲਾਏ ਜਾਂ ਦੋਸ਼ ਆ, ਕਿਉਂਕਿ ਜਿਹੜੀ ਉਹ ਪੁਲਿਸ ਖਬਰ ਨਾ ਉਹਨਾਂ ਚਿਰ ਲਿਖ ਨਹੀਂ ਲਿਖ ਸਕਦੀ ਜਿੰਨਾ ਚਿਰ ਉਹਨਾਂ 'ਤੇ ਦੋਸ਼ ਆਏ ਨਾ ਹੋਏ। ਬਿਲਕੁਲ ਜੀ, ਯਾਨੀ ਇਹ ਬਕਾਇਦਾ ਉਹਨਾਂ ਦੇ ਨਾਂ ਮੀਡੀਆ 'ਚ ਉਹਨਾਂ ਨੇ ਦਿੱਤੇ। ਜੀ ਬਿਲਕੁਲ ਜੀ, ਕਿਉਂਕਿ ਉਹ ਸਬੂਤਾਂ ਨਾਲ ਫੜਦੇ ਨੇ, ਉਹ ਮਿਸ਼ਨ ਜਿਹੜਾ ਇਹ ਵੀ ਚਲਾਇਆ ਕਾਫੀ ਸਮੇਂ ਤੋਂ ਚੱਲ ਰਿਹਾ, ਇਹ ਥੋੜ੍ਹੀ ਆ ਵੀ ਪ੍ਰੂਫ ਪੂਰੇ ਇਕੱਠੇ ਕਰਦੇ ਨੇ ਕੀ ਕੁਝ ਹਾਲਾਤ ਨੇ, ਕਿੱਥੋਂ ਹੋ ਰਿਹਾ, ਤਾਂ ਹੀ ਆ ਜੀ ਕਿ ਉਹ ਹੁਣ ਚਲੋ ਉਹਦੇ ਉੱਤੇ ਉਂਗਲ ਨਹੀਂ ਨਾ ਕੋਈ ਚੱਕ ਸਕਦਾ, ਨਹੀਂ ਤਾਂ ਹੁਣ ਜਿਹੜਾ ਉਹਨਾਂ ਨੂੰ ਵੀ ਕਰ ਸਕਦੇ ਨੇ, ਕੋਰਟ ਦੇ ਵਿੱਚ ਖਿੱਚ ਸਕਦੇ ਨੇ ਪੁਲਿਸ ਨੂੰ ਵੀ। ਬਿਲਕੁਲ ਬਿਲਕੁਲ, ਕੇਸ ਅਗਲਾ ਕਹਿੰਦਾ ਵੀ ਤੁਸੀਂ ਸਾਡਾ ਬਿਨਾਂ ਗੱਲ ਤੋਂ ਨਾ ਕਿੰਨਾ ਕਿਉਂ ਤੁਸੀਂ ਇੱਥੇ ਜਿਹੜੇ ਦੋਸ਼ੀ ਨਹੀਂ ਪਾਇਆ ਜਾਂਦਾ ਉਹਨਾਂ ਚ ਡਿਸਕਲੋਜ਼ ਨਹੀਂ ਕਰਦੇ। ਬਿਲਕੁਲ ਜੀ ਬਿਲਕੁਲ ਬਿਲਕੁਲ, ਨਹੀਂ ਇਦਾਂ ਦੇ ਚੀਜ਼ਾਂ ਹੋਣੀਆਂ ਚਾਹੀਦੀਆਂ ਜੀ, ਸ਼ਾਂਤੀ ਲੱਗਣੀ ਚਾਹੀਦੀ ਸਰਾਂ ਸਾਹਿਬ, ਇਹੀ ਆ ਜੀ। ਬਿਲਕੁਲ ਭੁਪਿੰਦਰ ਜੀ, ਇਹ ਵੀ ਇਹ ਦੇਖੋ ਗਰੋਹ ਕਿੱਡਾ ਵੱਡਾ, ਗੱਡੀਆਂ ਵੀ ਇਹ ਲਗਜ਼ਰੀ ਚੋਰੀ ਕਰਦੇ ਸੀ। ਬਿਲਕੁਲ ਜੀ, ਜਿਵੇਂ ਕੋਈ ਰੇਂਜ ਰੋਵਰ ਜਾਂ ਵੱਡੇ ਰੈਮ ਦੇ ਟਰੱਕ, ਉਹ ਕੀ ਕਰਦੇ ਆ, ਇਹਨਾਂ ਕੋਲ ਯੰਤਰ ਇਹੋ ਜਿਹਾ, ਟਿੱਕੇ ਜਾਣਾ ਖੜ ਜਾਂਦਾ ਤੁਹਾਡੇ ਗੇਟ ਤੇ, ਕਿਉਂਕਿ ਆਪਣਾ ਉੱਥੇ ਵਿਦੇਸ਼ਾਂ 'ਚ ਕੋਈ ਚਾਰ ਦੁਆਰੀ ਨਹੀਂ ਹੁੰਦੀ, ਆਪਣੀ ਇਹੀ ਆਦਤਾਂ ਆਪਾਂ ਮੇਨ ਗੇਟ ਤੋਂ ਵੜੇ, ਆਪਾਂ ਚਾਬੀ ਉੱਥੇ ਕੋਲ ਹੀ ਰੱਖ ਦਿੰਦੇ ਹਾਂ, ਠੀਕ ਹੈ ਜੀ। ਇਹ ਬਾਹਰ 'ਚ ਖੜਦੇ ਆ, ਇਹਨਾਂ ਕੋਲ ਉਹੋ ਜਿਹਾ ਯੰਤਰ ਆ, ਉਹ ਤੁਹਾਡੀ ਚਾਬੀ ਅੰਦਰੋਂ ਬੈਠੇ ਕਾਪੀ ਕਰ ਲੈਂਦੇ। ਬਿਲਕੁਲ ਜੀ ਬਿਲਕੁਲ, ਉਹਦੇ ਨਾਲ ਤੁਹਾਡੀ ਗੱਡੀ ਖੋਲ ਕੇ ਆਰਾਮ ਨਾਲ ਲੈ ਜਾਂਦੇ, ਤੇ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਸਾਡੀ ਗੱਡੀ ਵੀ ਕੋਈ ਲੈ ਗਿਆ, ਤੂੰ ਤਾਂ ਸਵੇਰੇ ਉੱਠ ਕੇ ਬੰਦਾ ਕੈਮਰਿਆਂ 'ਚ ਵੇਂਦਾ ਵੀ ਰਾਤ ਭਾਈ 9 ਵਜੇ ਲੈ ਕੇ ਗਏ, ਨਾਲੇ ਉਹ ਜਿਹੜੀਆਂ ਆਪਾਂ ਕਹਿੰਦੇ ਮਹਿੰਗੀਆਂ ਗੱਡੀਆਂ ਉਹ ਚੋਰੀ ਹੋ ਰਹੀ ਆ, ਨਾਲੇ ਉਹ ਜਿੰਨੀਆਂ ਲਗਜ਼ਰੀ ਗੱਡੀਆਂ ਨਾ ਉਹਦੇ ਵਿੱਚ ਕੀ ਤਾਂ ਹੈ ਹੀ ਨਹੀਂ, ਉਹ ਸਾਰਾ ਰਿਮੋਟ ਸਿਸਟਮ ਆ, ਤੇ ਉਹਦੇ ਵਿੱਚ ਸਿਰਫ ਸੌਫਟਵੇਅਰ ਦੇ ਨਾਲ ਹੀ ਉਹਨੂੰ ਬਸ ਅਟੈਚ ਹੀ ਕਰਨੀ ਪੈਂਦੀ ਆ, ਉਹਦਾ ਕੀ ਪਾ ਕੇ ਘੁਮਾਉਣੀ ਵੀ ਨਹੀਂ ਪੈਂਦੀ, ਕੁਛ ਕਰਨਾ ਨਹੀਂ ਪੈਂਦਾ ਬਸ ਜੀ, ਤਾਂ ਉਹ ਈਜ਼ੀ ਆ, ਸਭ ਨਾਲੋਂ ਈਜ਼ੀ ਆ, ਜਿਹੜਾ ਅੱਜ ਕਹਿ ਲਓ ਕਿ ਕੰਪਿਊਟਰ ਯੁੱਗ ਚੱਲ ਰਿਹਾ, ਇਹਦੇ ਵਿੱਚ ਲੁੱਟਾ ਖੋਹਾਂ ਦਾ ਜਿਹੜਾ ਮਿਸਯੂਜ਼ ਵੀ ਇਹ ਤਾਂ ਵੱਡੇ ਪੱਧਰ ਤੇ ਇਹੀ ਹੋ ਰਿਹਾ ਜੀ, ਸਕੈਮ ਹੋ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ। ਇਹ ਗਰੋਹ ਦੇ ਵਿੱਚ ਜਿਵੇਂ ਆਪਾਂ ਪੋਰਟ ਦੇ ਸਿਕਿਉਰਿਟੀ ਗਾਰਡ, ਕਾਰ ਮਕੈਨਿਕ, ਜਾਣੀ 6-7 ਤਰ੍ਹਾਂ ਦੇ ਅਲੱਗ ਅਲੱਗ ਲੋਕ ਇਨਵੋਲਵ ਆ, ਜਿਹੜੇ ਇੱਥੋਂ ਕੰਟੇਨਰਾਂ 'ਚ ਗੱਡੀਆਂ ਭੇਜ ਕੇ ਅਰਬ ਕੰਟਰੀਆਂ ਨੂੰ ਜਾਂ ਥਾਈਲੈਂਡ ਵਗੈਰਾ ਜਾਂ ਉਹੋ ਜਿਹੇ ਥਾਂ ਭੇਜ ਦਿੰਦੇ, ਉਹਨਾਂ ਦੇ ਵੈਨ ਨੰਬਰ ਚੇਂਜ ਕਰਕੇ, ਤੇ ਉਹ ਸਾਰਾ ਰਲ ਕੇ ਗਰੋਹ ਚੱਲਦਾ। ਇਹ ਨਹੀਂ ਆਪਾਂ ਕਹਿੰਦੇ ਇਕੱਲਾ ਇੱਕ ਜਣਾ, ਹੁਣ ਮੰਨ ਲਓ ਕਿਹਨੇ ਕਾਰ ਚੋਰੀ ਕਰ ਲਈ, ਉਹਨੇ ਗਾਂਹ ਦੇਣੀ ਕਿੱਥੇ ਆ ਜਾਂ ਭੇਜਣੀ ਕਿੱਥੇ ਆ, ਉਹ ਵੀ ਕੋਈ ਸ਼ਿਪ 'ਚ ਲੈ ਕੇ ਜਾਂਦਾ ਕੰਟੇਨਰਾਂ 'ਚ, ਫੇਰ ਹੀ ਆ ਉਹ, ਚਾਹੇ ਅਸਲਾ ਆ ਚਾਹੇ ਨਸ਼ੀਲਾ ਪਦਾਰਥ ਆ ਜਾਂ ਜਿੱਥੇ ਆਤਮਘਾਤੀ ਚੀਜ਼ਾਂ ਹੁੰਦੀਆਂ ਨੇ, ਅੱਤਵਾਦੀ ਵੀ ਗੱਲ ਆਉਂਦੀ ਆ, ਉਹ ਸਾਰਾ ਕੁਝ ਇੱਥੇ ਇੱਦਾਂ ਹੀ ਚੱਲਦਾ ਜੀ। ਚੇਨ ਜਿਹੜੀ ਆ ਉਹ ਬਹੁਤ ਸਾਰੀਆਂ ਨੈੱਟਫਲਿਕਸ ਦੇ ਵਿੱਚ, ਜਿਹੜੀ ਫੌੜਾ ਨਾਂ ਦੀ ਇੱਕ ਜਿਹੜੀ ਜਮਨ ਦੀ ਜਾਂ ਇਹਨਾਂ ਦੀ ਹੈਗੀ ਡਾਕੂਮੈਂਟਰੀ, ਉਹਦੇ ਵਿੱਚ ਦਿਖਾਇਆ ਕਿਵੇਂ ਬਾਹਰਲੇ ਮੁਲਕਾਂ ਤੋਂ ਜਾਂ
ਕਹਿ ਸਕਦੇ ਕਿ ਸਵੀਡਨ ਦੇ ਵਿੱਚ ਜਿਹੜੀ ਬੱਚਿਆਂ ਨੂੰ ਸੀਰੀਆ ਤੱਕ ਵੀ ਲੈ ਕੇ ਚੁੱਕ ਕੇ ਗੁੰਮਰਾਹ ਕਰਕੇ ਬ੍ਰੇਨ ਵਾਸ਼ ਕਰਕੇ ਉਹ ਸਾਰੀਆਂ ਚੀਜ਼ਾਂ ਏਅਰਪੋਰਟ ਤੋਂ ਲੈ ਕੇ ਹਰ ਤਰ੍ਹਾਂ ਦੀ ਚੇਨ ਆ ਗੱਡੀਆਂ ਹੋਰ ਸਾਰਾ ਕੁਝ ਹਰ ਇੱਕ ਪਾਸੇ ਕੋਈ ਨਾ ਕੋਈ ਮਹਿਕਮੇ ਦੇ ਵਿੱਚ ਉਹਨਾਂ ਦਾ ਬੰਦਾ ਉੱਥੋਂ ਹੀ ਉਹ ਸਾਰਾ ਕੁਝ ਕਰਦੇ ਨੇ ਅਤੇ ਉਹ ਚੇਨ ਬਣੀ ਹੋਈ ਆ ਜੀ ਉਹਨੂੰ ਬਰੋਕ ਕਰ ਰਹੇ ਨੇ ਬਿਲਕੁਲ ਭੁਪਿੰਦਰ ਜੀ ਤੁਸੀਂ ਇਹ ਦੇਖੋ ਵਿਦੇਸ਼ਾਂ ਦੀਆਂ ਜੇਲ੍ਹਾਂ 'ਚ ਇੱਕ ਤਾਂ ਚਲੋ ਆਪਾਂ ਕਹਿੰਦੇ ਡਰੋਨ ਨਾਲ ਨਸ਼ਾ ਸੁੱਟਤਾ ਜਾਂ ਫੋਨ ਸੁੱਟਤਾ, ਪਿਛਲੇ ਦਿਨੀ ਤੁਸੀਂ ਇੱਥੋਂ ਦੀ ਖਬਰ ਕੱਢ ਕੇ ਵੇਖੋ ਕਬੂਤਰ ਦੇ ਉੱਤੇ ਜਿਵੇਂ ਬੱਚਾ ਨੀ ਸਕੂਲ ਚੱਲੇ ਜਾਂਦਾ ਉਹਦੇ ਬੈਗ ਪੈਕ ਪਿੱਛੇ ਪਾਇਆ ਵੀ ਝੋਲਾ ਪਿੱਛੇ ਉੱਤੇ ਨਿੱਕਾ ਜਿਹਾ ਬਣਾ ਕੇ ਪਾਇਆ, ਤੁਸੀਂ ਫੋਟੋ ਮੈਂ ਤੁਹਾਨੂੰ ਭੇਜੂਗਾ ਤੇ ਉਹ ਕਬੂਤਰ ਸਿਖਾਏ ਹੋਏ ਆ ਦੇਖੋ ਕਿਆ ਬਾਤ ਹੈ, ਉਹ ਉੱਥੇ ਜਾ ਕੇ ਉਸੇ ਬੰਦੇ ਨੂੰ ਫੜਾ ਕੇ ਆਉਂਦੇ ਅੰਦਰ ਬੈਰਕ 'ਚ ਜੀ, ਛੋਟੀ ਜਿਹੀ ਪੁੜੀ ਬਣਾ ਕੇ ਪਿੱਛੇ ਬੈਗ ਬਣਾ ਕੇ ਉਹਦੇ ਖੰਭਾਂ ਦੇ ਉੱਤੇ ਲਾਇਆ, ਦੱਸੋ ਵਾਹ ਜੀ ਵਾਹ, ਮੈਨੂੰ ਲੱਗਦਾ ਹੁਣ ਆਪਾਂ ਨੂੰ ਇੱਲਾਂ ਵੀ ਰੱਖਣੀਆਂ, ਇੱਲਾਂ ਨੀ ਆਪਣੇ ਜਿਹੜੇ ਪਹਾੜੀ ਕਾਂ ਜਿਹੜੇ ਤੁਹਾਡੇ ਵੀ ਮਿਲ ਜਾਂਦੇ ਆ ਕਾਲੇ ਐਨ ਉਹ ਰੱਖਣੇ ਪੈਣੇ ਆ ਫਿਰ। ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਜੀ ਭਾਈ ਜੀ ਸਾਰੇ ਆਪਾਂ ਆਪਦੇ ਰਿਸ਼ਤੇਦਾਰਾਂ ਨਾਲ ਮਾਪਿਆਂ ਨਾਲ ਬੱਚਿਆਂ ਨਾਲ ਸਾਰਿਆਂ ਨੂੰ ਸਮਝਾਈਏ ਭਾਈ, ਪਲੱਸ ਟੂ ਤੋਂ ਬਾਅਦ ਬੱਚੇ ਦਾ ਹਜੇ ਏਡਾ ਕਹਿ ਲਓ ਮਾਨਸਿਕ ਲੈਵਲ ਵਧਿਆ ਨੀ ਹੁੰਦਾ, ਉਦੋਂ ਇੱਕਦਮ ਉਹਨਾਂ ਨੂੰ ਇੰਨੀ ਖੁੱਲ ਮਿਲਦੀ ਆ, ਉਹਨਾਂ ਦਾ ਗੱਡੀਆਂ ਚ ਧਿਆਨ ਪਾਰਟੀਆਂ ਚ ਨਸ਼ਿਆਂ ਚ ਜਾਣਾ ਆਮ ਗੱਲ ਆ, ਵੀ ਇਹਦੇ ਤੋਂ ਬਚਾ ਕਿਵੇਂ ਕਰਨਾ, ਵੀ ਥੋੜਾ ਮੋਟਾ ਜਵਾਕ ਨੂੰ ਐਜੂਕੇਸ਼ਨ ਦੇ ਕੇ ਜ਼ਰੂਰ ਭੇਜੋ। ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਜੀ, ਸਹਿਮਤ ਆ ਤੁਹਾਡੀ ਗੱਲ ਨਾਲ ਬਿਲਕੁਲ ਸਰ ਸਰ ਜੀ, ਬਾਕੀ ਧੰਨਵਾਦ ਜੀ ਸਾਰਿਆਂ ਦਾ, ਅੱਜ ਸ਼ੁੱਕਰਵਾਰ ਮਿਲਦੇ ਆ ਫਿਰ ਸੋਮਵਾਰ ਬਾਈ ਜੀ, ਥੈਂਕ ਯੂ ਥੈਂਕ ਯੂ ਸਰਾਂ ਸਾਹਿਬ, ਸ਼ੁਕਰੀਆ ਜੀ, ਨਾਈਸ ਵੀਕਐਂਡ ਜੀ, ਤੇ ਇਦਾਂ ਹੀ ਸੁਣਦੇ ਰਹੋ ਪ੍ਰੋਗਰਾਮ ਨਾਲ ਜੁੜੇ ਰਹੋ, ਸ਼ੁਕਰੀਆ ਜੀ, ਥੈਂਕ ਯੂ ਜੀ ਜੀ। ਦੋਸਤੋ ਇਹ ਸਨ ਹਰਿੰਦਰ ਸਰਾਂ ਜੀ ਕੈਨੇਡਾ ਤੋਂ, ਬਹੁਤ ਬਹੁਤ ਧੰਨਵਾਦ ਦੋਸਤੋ, ਤੇ ਇਸੇ ਤਰ੍ਹਾਂ ਕੁਝ ਸੁਨੇਹੇ ਆਏ ਨੇ, ਸਿਕੰਦਰ ਸਿੰਘ ਔਜਲਾ ਕਹਿੰਦੇ ਨੇ ਤਿੰਨ ਜਣੇ ਲਾਈਵ ਸੁਣ ਰਹੇ ਜੀ, ਪਹਿਲਾਂ ਕਹਿੰਦੇ ਨੇ ਸੰਡੇ ਨੂੰ ਤਾਂ ਕਹਿੰਦੇ ਜੀ ਬਿਜਲੀ ਚਲੀ ਜਾਂਦੀ ਹੈ ਤਲਵਾੜੇ ਜੀ, ਬਿਲਕੁਲ ਜੀ ਕੋਸ਼ਿਸ਼ ਕਰਦੇ ਹਾਂ ਅਤੇ ਬਿਜਲੀ ਪੱਕੀ ਕਰਾਉਂਦੇ ਹਾਂ, ਅਤੇ ਨੈੱਟ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਾਫੀ ਉੱਥੇ ਜਿਹੜਾ ਹਲਚਲ ਹੋਈ ਹੈ, ਅਤੇ ਸਿਕੰਦਰ ਸਿੰਘ ਔਜਲਾ ਕਹਿੰਦੇ ਨੇ ਤਿੰਨ ਜਣੇ ਲਾਈਵ ਸੁਣ ਰਹੇ ਨੇ ਜੀ, ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ, ਸ਼ੁਕਰੀਆ ਜੀ ਜਿੰਨੇ ਵੀ ਸੁਣ ਰਹੇ ਹੋ, ਅਤੇ ਤਿੰਨ ਜਣੇ ਲਾਈਵ ਸੁਣ ਰਹੇ ਨੇ ਸੇਵਾ ਕਰਨ ਵਾਲੇ ਨੂੰ, ਅਤੇ ਮੇਵੇ ਵਾਲਿਆਂ ਦੇ ਇੱਕੋ ਸਮੇਂ ਵੱਖ ਵੱਖ ਸ਼ੋਅ ਚੱਲਦੇ ਨੇ, ਅਤੇ ਵਿਊਜ਼ ਹਰ ਇੱਕ ਦੇ ਮਿਲੀਅਨ ਮਿਲੀਅਨ, ਕਿੰਨੇ ਲੋਕ ਇੱਕੋ ਸਮੇਂ ਜੁੜੇ ਹੁੰਦੇ ਨੇ, ਜੇ ਸਮਝ ਆਉਂਦੀ ਹੈ ਤਾਂ ਜ਼ਰੂਰ ਦੱਸਿਓ, ਸਮਝ ਆਉਂਦੀ ਹੈ ਔਜਲਾ ਸਾਹਿਬ, ਇਹ ਮਸਲਾ ਵੀ ਕਾਫੀ ਹੈ ਕਿਉਂਕਿ ਐਡਵਰਟਾਈਜ਼ਮੈਂਟ ਜਿਹੜੀ ਮਿਲਦੀ ਹੈ ਜਾਂ ਲੋਕਾਂ ਨੂੰ ਖੁਸ਼ ਕਰਨ ਦੀ ਚਾਹਤ ਹੈ ਕਿ ਜਿੰਨੇ ਅਸੀਂ ਹੁਣ ਦੱਸ ਦਈਏ ਕਿ ਸੋਚਣ ਵਾਲੀ ਗੱਲ ਤਾਂ ਇਹ ਹੈ 2.5 ਮਿਲੀਅਨ ਨਹੀਂ ਤਾਂ 3 ਮਿਲੀਅਨ ਪੰਜਾਬੀ ਹੋਣਗੇ ਜਿਹੜੇ ਰੇਡੀਓਜ਼ ਚੱਲਦੇ ਨੇ ਜਾਂ ਕਿੱਦਾਂ, ਅਤੇ ਪੰਜਾਬੀ ਰੇਡੀਓ ਇਕੱਲੇ ਕੈਨੇਡਾ ਵਾਲੇ 2-4 ਜਿਹੜੇ ਬੰਦੇ ਇੱਦਾਂ ਦੇ ਨੇ ਕਿ ਉਹ ਕਹਿੰਦੇ ਨੇ 1 ਮਿਲੀਅਨ 1.5 ਮਿਲੀਅਨ ਸਾਨੂੰ ਸੁਣ ਰਿਹਾ, ਵੀ ਭਾਈ ਬਾਕੀ ਦੁਨੀਆ ਦੇ ਵਿੱਚ ਜਿੰਨੇ ਰੇਡੀਓ ਚੱਲਦੇ ਨੇ, ਮੈਂ ਇਹ ਕਹਿੰਦਾ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ 500 ਜਾਂ 1000 ਬੰਦਾ ਕਹਿ ਸਕਦੇ ਹਾਂ ਕਿ ਆਪਣੇ ਚੈਨਲ ਦੇ ਉੱਤੇ ਜੁੜਿਆ ਦਿਖਾ ਦਿਓ, ਸੁਣ ਲਓ ਲਾਈਵ ਦੇ ਵਿੱਚ ਪੇਸ਼ ਕਰਨ, ਰਿਪੋਰਟਾਂ ਸਾਹਮਣੇ ਲਿਆ ਦੇਣ, ਤਾਂ ਸਾਰਾ ਕੁਝ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਹੋ ਜਾਣਾ, ਉਹ ਸਿਰਫ ਇੱਕ ਬਿਜ਼ਨਸ ਹੈ, ਧੰਦਾ ਹੈ ਕਿ ਜਿੰਨੇ ਵੱਧ ਦੱਸੋਗੇ ਉਨੀ ਐਡਵਰਟਾਈਜ਼ਮੈਂਟ ਮਿਲਦੀ ਹੈ, ਹੁਣ ਅਸੀਂ ਦੱਸਾਂਗੇ ਭਾਈ ਸਾਨੂੰ ਤਾਂ 3 ਜਣੇ ਸੁਣਦੇ ਨੇ, ਅਤੇ ਉਹਦੇ ਵਿੱਚੋਂ ਫਾਇਦਾ ਨਾ ਤਾਂ ਐਡਵਰਟਾਈਜ਼ਮੈਂਟ ਵਾਲੇ ਨੂੰ ਹੋਣਾ ਅਤੇ ਨਾ ਹੋਣਾ, ਪਰ ਅਸੀਂ ਐਡਵਰਟਾਈਜ਼ਮੈਂਟ ਲੈ ਕੇ ਇੰਨੇ ਜ਼ਿਆਦਾ ਖੁਸ਼ ਵੀ ਨਹੀਂ ਹੈ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਚਲੋ ਜਿੰਨੇ ਜੋਗੇ ਆ ਆਪਣਾ ਜਾਂ ਤੁਹਾਡੇ ਸਹਿਯੋਗ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਚੱਲ ਰਿਹਾ, ਉਹਨਾਂ ਦਾ ਧੰਨਵਾਦ ਹੀ ਹਾਂ, ਕਿਉਂਕਿ ਆਪਣੀ ਗੱਲ ਕਹਿਣ ਦੇ ਲਈ ਜਾਂ ਆਪਣੀ ਜਿਹੜੀ ਰੂਹ ਦੀ ਖੁਰਾਕ ਆਪਾਂ ਪੂਰੀ ਕਰਦੇ ਹਾਂ ਉਹ ਬਹੁਤ, ਉਹ ਫਿਰ ਜਦੋਂ ਆਪਾਂ ਕਿਸੇ ਦੇ ਥੱਲੇ ਲਾ ਕੇ ਕੰਮ ਕਰਾਂਗੇ ਤਾਂ ਉਹ ਆਪਣੇ ਮੂੰਹ ਦੇ ਵਿੱਚ ਗੱਲ ਵੀ ਪਾਉਂਦਾ ਵੀ ਆਹ ਨਹੀਂ ਆਹ ਇੱਦਾਂ ਕਹੋ, ਅਤੇ ਉਹ ਹੀ ਹਾਲਾਤ ਫਿਰ ਜਿਹੜੇ ਆ ਇਹੋ ਰੇਡੀਓਜ਼ ਨੇ ਜਾਂ ਟੀ ਵੀ ਚੈਨਲ ਨੇ ਜਾਂ ਉਹਨਾਂ ਦੇ ਹਾਲਾਤ ਆਪਣੇ ਮੀਡੀਆ ਦੇ ਸਾਹਮਣੇ ਨੇ, ਇਹ ਗੱਲ ਸਮਝਣ ਵਾਲੀ ਹੈ, ਬਿਲਕੁਲ ਤੁਹਾਡਾ ਸਹੀ ਸਵਾਲ ਹੈ ਕਿ ਇਹ ਗੱਲ ਕਿੱਥੋਂ ਤੱਕ ਜਿਹੜੀ ਸਹੀ ਹੈ, 2.5 ਮਿਲੀਅਨ ਦੇ ਵਿੱਚੋਂ ਜੇ 3 ਰੇਡੀਓ ਜਾਂ ਚੱਲਦੇ ਤਾਂ ਉਹਨਾਂ ਦੇ ਪੱਲੇ ਕੀ ਪਵੇਗਾ, 1.5 ਮਿਲੀਅਨ ਇੱਕ ਦੱਸੀ ਜਾਂਦਾ, 1 ਮਿਲੀਅਨ ਇੱਕ ਦੱਸੀ ਜਾਂਦਾ, ਉਹ ਤਾਂ 2 ਰੇਡੀਓ ਦੇ ਉੱਤੇ ਵੰਡ ਹੋ ਗਏ, ਤਾਂ ਬਾਕੀ ਜਿਹੜੇ ਨੇ ਉਹ ਕੌਣ ਸੁਣ ਰਿਹਾ ਅਤੇ ਕਿਹਨੂੰ ਸੁਣਾ ਰਹੇ ਨੇ, ਅਤੇ 2.5 ਮਿਲੀਅਨ ਦੇ ਵਿੱਚੋਂ 2000 ਬੰਦੇ ਨੂੰ ਵੀ ਜਾਂ 100 ਬੰਦੇ ਨੂੰ ਵੀ ਪੁੱਛ ਲਓ ਵੀ ਤੁਸੀਂ ਅੱਜ ਉਹਨਾਂ ਚੈਨਲਾਂ 'ਤੇ ਕੀ ਸੁਣਿਆ ਅਤੇ ਮੇਰਾ ਨਾਂ ਬਟਾ ਦਿਓ ਜੇ ਉਹਨਾਂ ਨੇ ਸੁਣਿਆ ਹੋਵੇ, ਤਾਂ ਜਾਂ ਫਿਰ ਗੱਲਬਾਤ ਕੋਈ ਉਸ ਤਰ੍ਹਾਂ ਦੀ ਹੋਈ ਹੋਵੇ, ਇਹ ਸਿਰਫ ਇੱਕ ਪੈਸੇ ਦੀ ਖੇਡ ਹੈ ਜੀ। ਕਹਿੰਦੇ ਜਿਪਸੀ ਬਹੁਤ ਅੱਗੇ ਨਿਕਲ ਜਾਂਦੀਆਂ ਨੇ ਇਹਦੀ ਗੱਡੀ ਤੋਂ ਜੀ, ਅੱਛਾ ਜੀ ਜਿਪਸੀ ਵਾਲੇ ਵੀ ਜਵਾਬ ਦੇ ਜਾਂਦੇ ਨੇ ਜੀ, ਸ਼ੁਕਰੀਆ ਜੀ। ਹਾਂਜੀ ਇਹ ਜਿਹੜੀ ਗੱਲਬਾਤ ਹੋਈ ਹੈ ਸਰਾਂ ਸਾਹਿਬ ਕਰਕੇ ਗਏ ਨੇ ਉਹ ਰਿਪੋਰਟ ਜਿਹੜੀ ਹੈ ਛੋਟੀ ਜਿਹੀ ਇੱਕ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲੈਂਦੇ ਹਾਂ, ਫਿਰ ਗੱਲਬਾਤ ਕਰਨੀ ਬਣਦੀ ਹੈ ਇਸ ਦੇ ਉੱਤੇ, ਕਿਉਂਕਿ ਚਾਹੇ ਉਹ ਮੀਡੀਆ ਦਾ ਹਿੱਸਾ ਨੇ ਪਰ ਜੋ ਹਾਲਾਤ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਾਂ ਲੋਕਾਂ ਦੇ ਵਿੱਚ ਜਿਹੜੀਆਂ ਇੱਕ ਚੀਜ਼ਾਂ ਜਿਹੜੀਆਂ ਆਪਣੀ ਕਮਾਈ ਦੇ ਲਈ ਜਿਹੜਾ ਕਰ ਰਹੇ ਨੇ ਜੀ,
ਗੱਲਬਾਤ ਇਹ ਹੈ ਜੀ ਇਹਦੇ ਵਿੱਚ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਜਿਸ ਦੀ ਪ੍ਰਧਾਨ ਅਮਰਜੀਤ ਸਿੰਘ ਮਾਨ ਵੱਲੋਂ ਸਹੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਪ੍ਰੈਸ ਨੋਟ ਦੇ ਵਿੱਚ ਜਿਹੜਾ ਮੀਡੀਆਕਾਰ ਜੋਗਿੰਦਰ ਬਾਸੀ ਹੁਣੀ ਨੇ ਜਿਹੜੇ ਰੇਡੀਓ ਚਲਾਉਂਦੇ ਨੇ ਬਹੁਤ ਗੁਰੂ ਘਰਾਂ ਦੀਆਂ ਸਟੇਜਾਂ 'ਤੇ ਸਮਾਜਿਕ ਤੌਰ ਤੋਂ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ। ਇਸ ਬਾਈਕਾਟ ਦੇ ਕਾਰਨ ਪ੍ਰੈਸ ਨੋਟ ਦੇ ਵਿੱਚ ਦੱਸੇ ਗਏ ਨੇ, ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ ਕਿਹੜਾ ਜਿਹੜਾ ਪ੍ਰੈਸ ਨੋਟ ਇਹ ਜਾਰੀ ਕੀਤਾ ਗਿਆ। ਇਸ ਦੇ ਵਿੱਚ ਜਿਹੜਾ ਗੱਲਾਂ ਬਾਤਾਂ ਦਰਜ ਨੇ ਜੇ ਮੈਂ ਖੋਲ੍ਹ ਪਾਇਆ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗਿੰਦਰ ਬਾਸੀ ਜਿਹੜਾ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਹ ਜਾਰੀ ਕੀਤਾ ਗਿਆ। ਇਸ ਦੇ ਵਿੱਚ ਲਿਖਿਆ ਗਿਆ ਕਿ ਜੋਗਿੰਦਰ ਬਾਸੀ ਰੇਡੀਓ ਵਾਲੇ ਨਾਲ ਸਮਾਜਿਕ ਬਾਈਕਾਟ ਅਤੇ ਸਮੂਹ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਬਾਈਕਾਟ ਸੰਬੰਧੀ ਇਹ ਗੱਲਬਾਤ ਹੈ। ਪਿਛਲੇ ਲੰਬੇ ਸਮੇਂ ਤੋਂ ਜੋਗਿੰਦਰ ਬਾਸੀ ਦਾ ਨਾਂ ਦੇ ਰੇਡੀਓ ਪੱਤਰਕਾਰ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਅਤੇ ਸਿੱਖ ਪੰਜਾਬੀ ਭਾਈਚਾਰੇ ਬਾਬਤ ਘਟੀਆ ਦਰਜੇ ਦੀਆਂ ਟਿੱਪਣੀਆਂ ਕਰਨ ਦੀਆਂ ਸ਼ਿਕਾਇਤਾਂ ਕੈਨੇਡਾ ਦੀਆਂ ਸਿੰਘ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ। ਇਹ ਚਲੰਤ ਕਿਸਮ ਦਾ ਸਸਤੀ ਸ਼ੋਹਰਤ ਭਾਲਦਾ ਪੱਤਰਕਾਰ ਪੰਜਾਬੀ ਬੱਚੀਆਂ ਪ੍ਰਤੀ ਜਿਹੜਾ ਅਤੀ ਨੀਚ ਦਰਜੇ ਦੀ ਸ਼ਬਦਾਵਲੀ ਦੀ ਵਰਤੋਂ ਅਤੇ ਘਟੀਆ ਕਿਸਮ ਦੇ ਰੇਡੀਓ ਟੀ ਵੀ ਚੈਨਲ ਨੂੰ ਚਲਾਉਣ ਦੇ ਲਈ ਕਰਦਾ ਰਹਿੰਦਾ ਹੈ। ਪੰਜਾਬੀ ਸਿੱਖ ਵਿਦਿਆਰਥੀਆਂ ਪ੍ਰਤੀ ਜ਼ਾਹਿਰ ਜਿਹੜਾ ਜ਼ਹਿਰ ਉਗਲਣਾ ਅਤੇ ਪੰਜਾਬੀ ਸਿੱਖ ਵਿਦਿਆਰਥੀਆਂ ਦੇ ਪ੍ਰਤੀ ਜ਼ਹਿਰ ਉਗਲਣਾ, ਸਿੱਖ ਸੰਘਰਸ਼ ਦੇ ਸਹਿਯੋਗੀਆਂ ਨੂੰ ਭੰਡਣਾ, ਭਾਰਤੀ ਕੌਂਸਲੇਟ ਦੀ ਖੁਸ਼ਾਮ ਦੀ ਖੱਟਣ ਦੇ ਲਈ ਸਿੱਖ ਮਸਲਿਆਂ ਬਾਬਤ ਬਕਵਾਸ ਕਰਨੀ ਇਸ ਦਾ ਮੁੱਖ ਸ਼ੌਂਕ ਹੈ। ਆਪਣੇ ਚੈਨਲ ਵਾਸਤੇ ਦਰਸ਼ਕ ਇਕੱਠੇ ਕਰਨ ਦੇ ਲਈ ਇਖਲਾਕ ਹੀਣੀ ਗੱਲਬਾਤ ਨੂੰ ਟੀ ਵੀ ਚੈਨਲ ਉਪਰੰਤ ਬੈਠ ਕੇ ਚਸਕੇ ਲਾ ਕੇ ਜਿਹੜਾ ਸੁਣਾਉਂਦਾ ਰਹਿੰਦਾ ਹੈ। ਇਸ ਦੀਆਂ ਬੇਹੁਦਾ ਕਿਸਮ ਦੀਆਂ ਟਿੱਪਣੀਆਂ ਪਹਿਲੋਂ ਹੀ ਪੀੜਤ ਨੌਜਵਾਨ ਕੁੜੀਆਂ ਦਾ ਮਨੋਬਲ ਤੋੜਨ ਦਾ ਕੰਮ ਕਰਦੀਆਂ ਨੇ। ਇਸ ਕਿਸਮ ਦੀ ਸਸਤੀ ਬਜ਼ਾਰੂ ਜਿਹੜੀ ਪੱਤਰਕਾਰਤਾ ਦੇ ਨਾਲ ਇਹ ਪੰਜਾਬੀ ਮਾਨਸਿਕਤਾ ਉੱਪਰ ਜਿਹੜੇ ਹਮਲੇ ਕਰਦਾ ਰਹਿੰਦਾ ਹੈ। ਓਂਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਇਸ ਦੀਆਂ ਇਹਨਾਂ ਗਤੀਵਿਧੀਆਂ ਨੂੰ ਵੇਖਦੇ ਹੋਏ ਕੈਨੇਡਾ ਦੇ ਸਮੂਹ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਖਸ ਦੇ ਇਸ ਦੇ ਰੇਡੀਓ ਦੇ ਨਾਲ ਕਿਸੇ ਤਰ੍ਹਾਂ ਦੀ ਭਾਈਚਾਰਕ ਅਤੇ ਵਪਾਰਕ ਸਾਂਝ ਨਾ ਰੱਖੀ ਜਾਵੇ। ਗੁਰੂ ਪੰਥ ਦੇ ਦਾਸ ਓਂਟਾਰੀਓ ਗੁਰਦੁਆਰਾਜ਼ ਕਮੇਟੀ ਜੀ ਦੋਸਤੋ, ਇਹ ਜਿਹੜਾ ਨੋਟ ਜਾਰੀ ਨੋਟਿਸ ਹੋਇਆ ਅਤੇ ਗੁਰਦੁਆਰਾ ਪ੍ਰਬੰਧਕ ਗੁਰਦੁਆਰਾ ਕਮੇਟੀ ਜਿਹੜੀ ਓਂਟਾਰੀਓ ਵੱਲੋਂ, ਲਓ ਜੀ ਵੱਧ ਘੱਟ ਬੋਲ ਕੇ ਤਾਂ ਮਾਫ਼ੀ ਚਾਹੁੰਦੇ ਹਾਂ ਅਤੇ ਮੈਨੂੰ ਦਿਓ ਆਗਿਆ। ਕੱਲ੍ਹ ਆਪਾਂ ਸੋਮਵਾਰ ਨੂੰ ਮਿਲਣ ਦੇ ਵੱਧ ਦੇ ਨਾਲ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਸਮਾਂ ਫਿਰ ਅੱਜ ਜ਼ਿਆਦਾ ਲੱਗ ਗਿਆ ਅਤੇ ਕੋਈ ਗੱਲ ਨਹੀਂ, ਵੀਕਐਂਡ ਦੇ ਵਿੱਚ ਪ੍ਰੋਗਰਾਮ ਇਸੇ ਤਰ੍ਹਾਂ ਲਾਈਵ ਚੱਲਦੇ ਰਹਿਣਗੇ। ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਸਮਰਜੀਤ ਸਿੰਘ ਸ਼ੰਮੀ ਜੀ ਅਤੇ ਮੈਨੂੰ ਦਿਓ ਆਗਿਆ ਗੁਰਮੇਲ ਦਾਦੂ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਸ਼ੁਕਰੀਆ ਅਤੇ ਧੰਨਵਾਦ। ਅਤੇ ਨਾਵਲ ਦਾ ਐਪੀਸੋਡ ਜਿਹੜਾ ਹੈ ਵੱਖਰਾ ਕਰਕੇ ਬਕਾਇਦਾ ਤੁਹਾਡੇ ਲਈ ਸਾਂਝਾ ਕਰ ਦਿੱਤਾ ਜਾਵੇਗਾ। ਖੇੜਾ ਸਾਹਿਬ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਅਤੇ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਉਹਨਾਂ ਦੇ ਲਈ ਵੀ ਇੱਕ ਬੇਨਤੀ ਕਰਾਂਗਾ ਕਿ ਜਿਹੜੇ ਟਿੱਕਟੋਕ ਦੇ ਉੱਤੇ ਜਾਂ ਇਹਨਾਂ ਦੀਆਂ ਵੀਡੀਓ ਦੇਖਦੇ ਨੇ ਉਹ ਮੈਂ ਕਹਿੰਦਾ ਕਿ ਆਪਣੇ ਵੱਲੋਂ ਅਦਾਰੇ ਨਾਲ ਕੋਈ ਸੰਬੰਧ ਨਹੀਂ ਹੈ ਕਿ ਉਹਨਾਂ 'ਤੇ ਵੀ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਹਾਸੇ ਮਖੌਲ ਦੇ ਵਿੱਚ ਤਾਂ ਲੈ ਜਾਂਦੇ ਹਾਂ, ਪਰ ਜੋ ਕੁਝ ਬੇਇੱਜ਼ਤੀ ਜਾਂ ਇਹ ਲੋਕ ਸਾਡੀਆਂ ਜੋ ਮਾਮਾ ਧੀਆਂ ਭੈਣਾਂ ਦੀਆਂ ਕਰਦੇ ਨੇ ਉਹ ਹਾਲਾਤ ਸਮਝਣ ਦੀ ਗੱਲ ਹੈ, ਨਾ ਕਿ ਹੱਸ ਖੇਡ ਕੇ ਹੀ ਇੱਕ ਤਰ੍ਹਾਂ ਤੁਸੀਂ ਇਸ ਨੂੰ ਲਿਆ ਕਰੋ।